ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਦੋਂ ਮੈਂ ਆਪਣੀ ਜਾਤੀ ਔਰ ਵਾਸੀ ਦੱਸੀ, ਇਹਨੂੰ ਕਹਿੰਦੇ ਹੋਂਦ, ਹਸਤੀ, ਆਈਡੈਂਟੀ, ਅਤੇ ਉਦੋਂ ਫਿਰ ਮੈਂ ਹਿੰਦੂ ਬਣ ਜਾਂਦਾ। ਹਿੰਦੂ ਉਹ ਜਿਹੜਾ ਆਪਣੀ ਹੋਂਦ ਜਾਣੇ। ਹਿੰਦੂ ਬੋਧੀ ਜਿਹਨਾਂ ਉਹਨਾਂ ਹਿੰਦੂ ਨਹੀਂ ਬਣਦਾ। ਸਾਊਥ ਇੰਡੀਆ ਵਿੱਚ ਹਿੰਦੂ ਹੈਗੇ ਨੇ ਜਿਹੜੇ ਕਿ ਜਿੱਥੇ ਸੇਂਟ ਥੋਮਸ ਆਇਆ ਸੀਗਾ। ਜੇ ਹਿੰਦੂ ਹੋਏਗਾ ਤਾਂ ਉਹ ਸਿੱਖ ਬਣੇਗਾ, ਉਹ ਸਿੱਖ ਦਾ ਸਿੱਖੀ ਦਾ ਪ੍ਰਚਾਰ ਕਰ ਗਿਆ ਸੇਂਟ ਥੋਮਸ, ਯਾਨੀ ਕਿ ਸਪਿਰਚੁਅਲ। ਅਤੇ ਜਿੰਨਾ ਚਿਰ ਤੁਹਾਡਾ ਤੁਸੀਂ ਆਪਣਾ ਇੰਡੀਆ ਦਾ ਨਹੀਂ ਸਮਝਦੇ ਜਿੱਥੇ ਕਿ ਇੰਨਾ ਗਿਆਨ ਹੈਗਾ, ਤੁਸੀਂ ਮਿਡਲ ਈਸਟ ਦੀਆਂ ਗੱਲਾਂ ਨਹੀਂ ਜਾਣ ਸਕਦੇ। ਸਿੱਧੀ ਗੱਲ ਹੈਗੀ, ਘਰ ਜੱਟ ਦਾ, ਬੱਚੇ ਜੱਟ ਦੇ, ਖੇਤੀਬਾੜੀ ਜੱਟ ਦੀ, ਅਤੇ ਉਹਦੀ ਰਾਖੀ ਕੌਣ ਕਰੇਗਾ? ਪੋਲੀਟਿਕਸ ਜਿਹੜੀ ਹੁੰਦੀ ਉਹ ਜੱਟ, ਉਹ ਰਾਖੀ ਹੁੰਦੀ ਨਾ, ਉਹ ਜੱਟ ਹੀ ਕਰੇਗਾ ਨਾ। ਉਹ ਚੌਧਰੀ ਛੋਟੂ ਰਾਮ ਕਹਿ ਗਿਆ ਸੀ ਵੀ ਜੱਟ, ਤੁਸੀਂ ਆਪਣੇ ਆਪ ਨੂੰ ਜੱਟ ਹੈਗੇ ਆ ਤੁਸੀਂ। ਮਜ਼ਹਬ ਜਿਹੜੀ ਹੈਗੀ ਆ ਕਬੀਲ ਹੈਗੀ, ਇਹ ਚਾਰ ਵਾਰੀ ਬਦਲ ਲਓ ਤੁਸੀਂ ਦਿਨੇ 'ਚ, ਪਰ ਜਿਹੜਾ ਜਿਸਮ ਹੈਗਾ ਜੱਟ ਇਹ ਨਹੀਂ ਬਦਲਿਆ ਜਾਂਦਾ। ਇਸੇ ਕਰਕੇ ਜਿਹੜੇ ਨਾ ਬਜ਼ੁਰਗ ਜਿਹੜੇ ਹੁੰਦੇ ਸੀ ਸਾਡੇ, ਉਹਨਾਂ ਦੇ ਜਦੋਂ ਮਰ ਜਾਂਦੇ ਸੀ ਨਾ, ਉਹਨਾਂ ਨੂੰ ਦਫਨਾਉਂਦੇ ਸੀਗੇ, ਉਹਨਾਂ ਦੀ ਕਬਰ ਬਣਾਉਂਦੇ ਸੀਗੇ। ਜਦੋਂ ਵੀ ਕੋਈ ਵਿਆਹ ਸ਼ਾਦੀ ਦਾ ਇੱਦਾਂ ਦਾ ਕੋਈ ਓਕੇਜ਼ਨ ਹੁੰਦਾ ਸੀ, ਉਹ ਕਬਰ 'ਤੇ ਲੈ ਕੇ ਜਾਂਦੇ ਸੀ, ਅਤੇ ਉਹਨਾਂ ਨੂੰ ਫਿਰ ਦੇਸ਼ ਜਿਹੜਾ ਹੁੰਦਾ ਗੋਤ ਨਿਕਾਲਾ ਵਗੈਰਾ ਕਰਦੇ ਸੀਗੇ, ਰਸਮਾਂ ਜਠੇਰੇ ਨੂੰ ਕਹਿੰਦੇ ਨੇ। ਅਤੇ ਇਸੇ ਤਰ੍ਹਾਂ ਵਿੱਚੋਂ ਪਿੰਡ 'ਚੋਂ ਅੱਧੇ ਬਣ ਗਏ ਮੁਹੰਮਦਨ, ਅਤੇ ਅੱਧੇ ਰਹਿ ਗਏ ਉਹ ਜਿਹੜੇ ਤੁਸੀਂ ਕਹਿ ਦਿੰਦੇ ਸਿੱਖ ਬਣ ਗਏ ਜਾਂ ਹਿੰਦੂ ਰਹਿ ਗਏ। ਉਹ ਸਾਰੇ ਫਿਰ ਇਕੱਠੇ ਉੱਥੇ ਜਾਂਦੇ ਹੁੰਦੇ ਸੀ, ਸ਼ਕਦੀ ਕੋਈ ਹਿੰਦੂ ਹੋਵੇ, ਸਿੱਖ ਹੋਵੇ, ਕੁਛ ਵੀ ਹੋਵੇ, ਪਰ ਹਿੰਦੂ ਸਿੱਖ ਜਿਹੜਾ ਹੁੰਦਾ ਇਹ ਦਿਲ ਦਾ ਹੁੰਦਾ ਹੈਗਾ, ਇਹ ਤਨ ਦਾ ਨਹੀਂ ਹੁੰਦਾ। ਜਦੋਂ ਤੁਸੀਂ ਹਿੰਦੂ ਬਣਿਆ, ਸਿੱਖ ਜਾਂ ਮੁਸਲਮਾਨ ਬਣ ਗਏ ਨਾ ਤਨ ਦੇ, ਤਾਂ ਆਪਣੀ ਕੌਮ ਨੂੰ ਜਵਾਬ ਦੇ ਦਿੱਤਾ। ਕੌਮ ਨੂੰ ਜਵਾਬ ਦੇ ਕੇ ਤੁਸੀਂ ਪੱਕੇ ਹਰਾਮੀ, ਉਹਨਾਂ ਨੂੰ ਕਹਿੰਦੇ ਸ਼ੰਕਰ ਵਰਨੀਆ, ਉਹ ਬਣ ਜਾਂਦੇ ਹੈਗੇ। ਇਹ ਧਰਤੀ ਜਿਹੜੀ ਹੈਗੀ ਇਹ ਕੌਮਾਂ ਦੇ ਰੋਂ ਲਈ ਹੈਗੀ। ਮੁਲਕ ਕੌਮਾਂ ਦੇ ਹੁੰਦੇ ਨੇ, ਬਲੋਚਿਸਤਾਨ ਬਲੋਚ ਕੌਮ ਦਾ, ਅਫਗਾਨਿਸਤਾਨ ਅਫਗਾਨ ਕੌਮ ਦਾ, ਤਾਜਿਕਸਤਾਨ ਤਾਜਿਕ ਕੌਮ ਦਾ। ਇਹ ਮਜ਼ਹਬਾਂ ਦੇ ਨਾਂ 'ਤੇ ਨਹੀਂ ਹੁੰਦੇ। ਮਜ਼ਹਬਾਂ ਦੇ ਨਾਂ 'ਤੇ ਜਿਹੜਾ ਕਰੇਗਾ ਉਹ ਕੁੱਟ ਖਾਏਗਾ, ਉਹਨੂੰ ਇੱਥੇ ਇਜਾਜ਼ਤ ਨਹੀਂ ਹੈਗੀ ਰਹਿਣ ਦੀ ਦੁਨੀਆਂ 'ਤੇ। ਇਸ ਲਈ ਆਹ ਹੈਗਾ ਨਾ ਆਪਣੇ ਸਿੱਧਾ ਹਿਸਾਬ ਹੈਗਾ, ਆਦਮ ਦੇ ਥੱਲੇ ਹੈਗੀਆਂ ਨਸਲਾਂ, ਨਸਲਾਂ ਦੇ ਥੱਲੇ ਹੈਗੀਆਂ ਕੌਮਾਂ, ਕੌਮਾਂ ਦੇ ਥੱਲੇ ਗੋਤ ਵਗੈਰਾ, ਅਤੇ ਇੱਥੇ ਜਿਹੜਾ ਦੁਨੀਆਂ 'ਚ ਰਹਿਣਾ ਇਹ ਕੌਮਾਂ ਦੇ ਲੋਕਾਂ ਨੇ ਰਹਿਣਾ। ਜਿੱਦਾਂ ਹੁੰਦਾ ਨਾ ਆਪਣੇ ਪਿੰਡ 'ਚ ਹੁੰਦਾ ਆਹ ਜੱਟਾਂ ਦਾ ਘਰ ਹੈਗਾ, ਛੋਟਿਆਂ ਦਾ, ਚਮਾਰਾਂ ਦਾ, ਇਸ ਤਰ੍ਹਾਂ ਹੁੰਦਾ ਹੈਗਾ ਘਰ ਜਿਹੜੇ, ਇੱਦਾਂ ਹੀ ਦੇਸ਼ ਹੁੰਦੇ ਨੇ। ਇਹ ਦੁਨੀਆਂ ਜਿਹੜੀ ਹੈਗੀ ਜਿਹੜਾ ਅਸਥੂ ਰੂਪ ਜਿਹਨੂੰ ਕਹਿੰਦੇ ਨੇ ਨਾ ਬਿੰਦੀ, ਬਿੰਦੀ ਰੂਪ, ਆ ਬਿੰਦ ਹੈਗੀ ਨਾ ਮੇਰੀ ਬੀਜ, ਬਿੰਦ ਮੇਰੀ ਨਿੱਜਰ ਹੈਗੀ ਗੋਤ ਜੱਟ, ਅਤੇ ਇਹ ਬਿੰਦੀ ਰੂਪਾਂ ਲਈ ਹੈਗਾ ਇਹ ਜਿਹੜਾ ਜ਼ਮੀਨ ਹੈਗੀ, ਆਦਮ ਦੇ ਔਲਾਦ ਲਈ। ਆਦਮ ਨੇਕ ਆਦਮੀ, ਹਰ 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 ਮਹਾਂਦੇਵ ਕਹਿੰਦੇ ਉਹਨੂੰ, ਹਰ ਹਰ ਮਹਾਂਦੇਵ ਹੈ ਨਾ ਭਗਤ ਹੈਗਾ ਬਹੁਤ ਵੱਡਾ, ਅਤੇ ਇਹਦੇ ਜਿਹੜੇ ਬੱਚੇ ਹੁੰਦੇ ਜਿਹੜੇ ਪੁੱਤਰ ਹੁੰਦੇ ਉਹ ਵੀ ਭਗਤ ਹੁੰਦੇ ਨੇ, ਸ਼ੈਤਾਨ ਨਹੀਂ ਹੁੰਦੇ। ਪਰ ਜਦੋਂ ਤੁਸੀਂ ਉਹਨੂੰ ਟੁੱਟ ਜਾਂਦੇ ਹੋ ਤੁਹਾਡਾ ਉਹਦੇ ਨਾਲ ਤੁਲਕ, ਜਦੋਂ ਤੁਸੀਂ ਸਿੱਖ ਕੌਮ ਬਣਾ ਲੈਂਦੇ ਆ ਜਾਂ ਹਿੰਦੂ ਕੌਮ ਜਾਂ ਮੁਸਲਮਾਨ ਕੌਮ ਬਣਾ ਲੈਂਦੇ ਆ, ਤੁਸੀਂ ਆਦਮ ਨਾਲ ਆਪਣਾ ਤੁਲਕ ਟੁੱਟ ਜਾਂਦਾ, ਤੁਹਾਡਾ ਟੁੱਟ ਕੇ ਤੁਸੀਂ ਪੱਕੇ ਹਰਾਮੀ ਬਣ ਜਾਂਦੇ ਆ। ਇਹਨੂੰ ਕਹਿੰਦੇ ਸ਼ੰਕਰ ਵਰਨੀਆ। ਅਤੇ ਹਜ਼ਰਤ ਇਬਰਾਹਿਮ ਉਹਨੇ ਹਜ ਰਾਈਟ ਬਣਾਏ ਸੀ ਇਸੇ ਲਈ, ਸਬਕ ਦੇਣ ਲਈ, ਕਿਉਂ ਜਿਹੜੇ ਮਿਡਲ ਈਸਟ ਦੇ ਹੈਗੇ ਨੇ ਇਹ ਇੱਥੇ ਤੁਹਾਨੂੰ ਸਾਰੇ ਸਬਕ ਮਿਲਦੇ ਨੇ। ਜਿਹੜਾ ਇਹਨਾਂ ਦਾ ਵੱਡਾ ਵਡੇਰਾ ਸੀ ਅਬਰਾਮ,
ਉਹ ਇਰਾਕ ਏਰੀਏ 'ਚ ਚੱਕਿਆ ਸੀਗਾ, ਇਰਾਕ ਏਰੀਏ 'ਚ ਸੀਗਾ, ਉਹ ਸਮੈਟਿਕ ਰੇਸ ਦਾ, ਯਾਨੀ ਕਿ ਏਰੀਅਨ ਅਤੇ ਨੀਗਰੋ ਦੀ ਮਿਕਸ ਦੋਨਾਂ ਦਾ ਜੋੜ। ਉਹ ਨਾ ਕਾਲੇ ਨਾਲ ਨਫ਼ਰਤ ਕਰਦੇ ਸੀ, ਨਾ ਗੋਰੇ ਨਾਲ ਨਫ਼ਰਤ ਕਰਦੇ ਸੀ, ਦੋਨਾਂ ਨਾਲ ਇੱਕੋ ਜਿਹਾ ਪਿਆਰ ਕਰਦੇ ਸੀ। ਉਸ ਨੂੰ ਫਿਰ ਲਿਆ ਕੇ ਇੱਥੇ ਮਿਡਲ ਈਸਟ 'ਚ ਉਹਨੂੰ ਵਸਾਇਆ ਸੀਗਾ ਆਦਮ, ਅਤੇ ਉਹਦੀ ਵਾਈਫ ਦਾ ਨਾਮ ਸੀ ਸੈਰਾ, ਉਹ ਈਵ ਉਹਨੂੰ ਦਿੱਤੀ ਸੀ ਬ੍ਰਹਮਾ ਨੇ, ਜਾਵੇ ਨੇ ਪ੍ਰੋਮਿਸ ਲੈਂਡ ਦਿੱਤੀ ਸੀਗੀ, ਉਹ ਹੈਗੀ ਗਾਰਡਨ ਆਫ ਈਡਨ। ਜਦੋਂ ਤਾਈਂ ਉਹ ਆਬਰਮ ਦੇ ਉਹ ਵਫ਼ਾਦਾਰੀ ਨੇ ਇਬਰਾਹਾਮ ਬਣ ਗਿਆ ਸੀ ਨਾ ਆਬਰਮ 'ਚ, ਜਦੋਂ ਇਬਰਾਹਾਮ ਉਹ ਵਫ਼ਾਦਾਰ ਪੁੱਤਰ ਰਹਿੰਦੇ ਨੇ, ਉਦੋਂ ਤਾਈਂ ਇਹ ਜ਼ਮੀਨ ਸਰਸਬਜ਼ ਹੁੰਦੀ ਗਈ, ਘਿਓ ਦੁੱਧ ਦੀਆਂ ਨਦੀਆਂ ਹੋ ਗਈਆਂ ਨੇ। ਜਦੋਂ ਉਹ ਜਾਂਦੇ ਬੇਵਫ਼ਾ ਉਹਦੇ 'ਚ ਹੋ ਜਾਂਦੇ ਨੇ, ਆਪਣਾ ਤੌਲਕ ਤੋੜ ਲੈਂਦੇ ਨੇ, ਫਿਰ ਉਹੀ ਜਿਹੜੀ ਧਰਤੀ ਹੈਗੀ ਉਹ ਬੰਜਰ ਹੋ ਜਾਂਦੀ ਹੈਗੀ। ਇਹਦਾ ਹੈਗਾ ਵੀ ਆਇਜ਼ਕ ਜਦੋਂ ਪੈਦਾ ਹੋਇਆ ਸੀ, ਉਦੋਂ ਇਬਰਾਹਿਮ ਨੇ ਆਪ ਸੁਨਤ ਕੀਤੀ ਅਤੇ ਉਹਦੀ ਵੀ ਸੁਨਤ ਕੀਤੀ। ਇਹ ਸੁਨਤ ਜਿਹੜੀ ਹੈਗੀ ਟ੍ਰਾਈਬਲ ਮਾਰਕ ਹੈਗਾ, ਹੋਰ ਕੋਈ ਨਹੀਂ ਕਰ ਸਕਦਾ। ਮੈਂ ਗਾਣਾ ਚੜਿਆ ਉੱਥੇ, ਲੋਕਾਂ ਦੇ ਮੂੰਹ 'ਤੇ ਟ੍ਰਾਈਬਲ ਮਾਰਕ ਲੱਗੇ ਹੋਏ ਨੇ, ਮੂੰਹ ਤੋਂ ਪਤਾ ਲੱਗਦਾ ਇਹ ਫਲਾਣੇ ਹੈਗਾ ਕਬੀਲੇ ਦਾ, ਫਲਾਣੇ ਕਬੀਲੇ ਦਾ, ਫਲਾਣੇ ਕਬੀਲੇ ਦਾ। ਉਹ ਰਲ ਮਿਲ ਕੇ ਰਹਿੰਦੇ ਨੇ ਇਕੱਠੇ, ਜੇ ਕੋਈ ਰੋਟੀ ਖਾਂਦਾ ਹੈ ਉਹ ਸਾਰਿਆਂ ਨੂੰ ਬੁਲਾਉਂਦਾ, ਆਓ ਵੀ ਖਾਈਏ। ਉਹਦੇ 'ਚ ਇਹ ਨਹੀਂ ਦੇਖਦਾ ਵੀ ਉਹ ਫਲਾਣੇ ਕਬੀਲੇ ਦਾ, ਉਹਨੂੰ ਨਾ ਬੁਲਾਉਣਾ, ਜਿੱਦਾਂ ਆਪਣੇ ਕਹਿ ਦਿੰਦੇ ਉਹ ਚੂੜਾ ਹੈਗਾ ਉਹਨੂੰ ਨਹੀਂ ਵਿੱਚ ਲਿਆਉਣਾ, ਜਾਂ ਹੋਰ ਇੱਦਾਂ ਦੀ ਨਫ਼ਰਤ ਨਾ ਕਰਦੇ, ਉਹ ਨਫ਼ਰਤ ਹੈ ਨਹੀਂ ਉਹਨਾਂ 'ਚ। ਅਤੇ ਉਹ ਬੰਦੇ ਦੇ ਪੁੱਤਰ ਹੈਗੇ ਨੇ ਅਤੇ ਉਹ ਆਰਾਮ ਨਾਲ ਰਹਿੰਦੇ ਨੇ, ਲੜਦੇ ਨਹੀਂ ਹੈਗੇ। ਤੁਸੀਂ ਉੱਥੇ ਗਾਣਾ ਰਹਿ ਕਾਠੀ ਲੜਦੇ ਦੇਖੇ, ਹੱਸਦੇ ਰਹਿੰਦੇ, ਉਹ ਹੱਸਦੇ ਖੇਡਦੇ, ਜੇ ਕੋਈ ਪ੍ਰੋਬਲਮ ਹੁੰਦੀ ਇਕੱਠੀ ਸੋਲਵ ਕਰ ਲੈਂਦੇ ਨੇ, ਉਹਨਾਂ 'ਚ ਬਹੁਤ ਬਰਕਤ ਹੈਗੀ। ਅਤੇ ਇਹ ਜਿਹੜੇ ਗੋਰੇ ਲੋਕ ਹੈਗੇ ਇਹ ਲਾਲਚੀ ਹੈਗੇ ਨੇ, ਇਹਨਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਅਤੇ ਉਹਨਾਂ ਨੂੰ ਗੁਲਾਮ ਬਣਾ ਕੇ ਅਤੇ ਉਹਨਾਂ ਨੂੰ ਔਖਾ ਕੀਤਾ। ਹੁਣ ਕਲਯੁੱਗ ਦਾ ਅਖੀਰ ਹੈਗਾ, ਹੁਣ ਹਰ ਇੱਕ ਨੇ ਆਪਣਾ ਆਪਣਾ ਹਿਸਾਬ ਕਿਤਾਬ ਦੇਣਾ ਹੈਗਾ। ਅਤੇ ਇਸ ਕਰਕੇ ਜਿਹੜੇ ਇਹ ਜੀਵ ਬਣੇ ਹੋਏ ਨੇ ਅੱਜ ਕੱਲ੍ਹ ਦੇ ਜਿਸਮ ਦੇ ਜੀਵ, ਉਹ ਇੱਦਾਂ ਹੀ ਹੈਗਾ ਜਿੱਦਾਂ ਕਿ ਨਵਜੋਤ ਸਿੱਧੂ ਹੈਗਾ ਜੱਟ ਕੌਮ ਉਹਦੀ, ਅਤੇ ਜਦੋਂ ਇਹਦਾ ਉਦਘਾਟਨ ਹੋਇਆ ਨਾ ਕੋਰੀਡੋਰ ਦਾ, ਕਰਤਾਰਪੁਰ ਦੇ ਕੋਰੀਡੋਰ ਦਾ, ਉਦੋਂ ਸਿੱਖ ਕੌਮ ਦਾ ਪ੍ਰਚਾਰ ਕਰਕੇ, ਸਿੱਖ ਕੌਮ ਦਾ ਪ੍ਰਚਾਰ ਕਰਕੇ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਪੱਕਾ ਹਰਾਮੀ ਬਣ ਗਿਆ। ਅਤੇ ਉਹਦਾ ਪੋਸਟਰ ਬਣਾਇਆ ਹੈਗਾ ਮੈਂ ਇਹਨਾਂ ਦੇ ਲੋਕਾਂ ਦਾ ਜਿਹੜੇ ਕਿ ਆਪਣਾ ਪਿਓ ਛੱਡ ਜਾਂਦੇ ਨੇ। ਅਤੇ ਉਹ ਤੁਸੀਂ ਜਿਹੜਾ ਆਹ ਹੈਗਾ ਇਹ ਮੈਂ ਪਾਵਾਂਗਾ ਉਹਦੇ 'ਤੇ ਉੱਤੇ, ਅਤੇ ਇੱਥੇ ਤੁਸੀਂ ਦੇਖ ਲਓ ਵੀ ਜਿਹੜੇ ਹੈਗੇ ਨੇ ਆਹ ਤਾਂ ਹੈਗੇ ਇਹਨਾਂ ਨੇ ਪਿਓ ਸਾਂਭੇ ਹੋਏ ਨੇ। ਆਹ ਹੈਗਾ ਰਣਜੀਤ ਚੌਧਰੀ ਰਣਜੀਤ ਸੈਂਸੀ ਜੱਟ, ਇਹ ਸਿੰਘ ਨਹੀਂ ਸੀਗਾ, ਇਹ ਸਿੰਘ ਖੱਤਰੀਆਂ ਨੇ ਉਹਦੇ 'ਚ ਨਵਾਂ 'ਚ ਪਾ ਕੇ ਫਿਰ ਆਜ਼ਾਦੀ ਦੀ ਦਸੌਂਦ ਦਿਓ ਜੀ, ਦਸਵਾਂ ਹਿੱਸਾ ਫਸਲ ਦਾ ਦਿਓ ਜੀ, ਪਿੰਡਾਂ 'ਚ ਗੱਡੇ ਲੈ ਕੇ ਆ ਜਾਂਦੇ ਸੀਗੇ। ਇੱਕ ਨੰਬਰ ਦੇ ਲੁਟੇਰੇ ਖੱਤਰੀ ਹੈਗੇ ਨੇ। ਜਦੋਂ ਤੇਗ ਬਹਾਦਰ ਜੀ ਨੇ ਪ੍ਰਗਟ ਹੋਣਾ ਸੀ 22 ਮੰਜੀਆਂ ਢਾਹ ਕੇ ਬਹਿ ਗਏ ਸੀਗੇ, ਕਾਹਦੇ ਲਈ? ਪੈਸੇ ਲਈ। ਇਸ ਕਰਕੇ ਜਿਹਨੂੰ ਇੰਨੀ ਸੁਰਤ ਨਹੀਂ ਹੈਗੀ ਨਾ, ਜਿਹੜਾ ਆਪਣੇ ਜਿਸਮ ਜਿਹੜੀ ਚੀਜ਼ ਨਜ਼ਰ ਆਉਂਦੀ ਜੇ ਉਹਦੀ ਉਹਨੂੰ ਉਹਦੀ ਸੁਰਤ ਨਹੀਂ ਹੈਗੀ, ਪਾਪ ਬਰਾਬਰ ਨਜ਼ਰ ਨਹੀਂ ਆਉਂਦਾ, ਉਹਦੀ ਸੁਰਤ ਨਹੀਂ ਹੋ ਸਕਦੀ। ਅਤੇ ਹੁਣ ਇਹ ਜਿਹੜਾ ਹੈਗਾ ਆਪਣੇ ਮਿਡਲ ਈਸਟ ਜਿਹੜਾ ਹੈਗਾ, ਆਦਮ ਸੀਗਾ ਇਬਰਾਹਿਮ, ਸ਼ਹਿਰਾ ਈਬ ਸੀਗੀ, ਅਤੇ ਪ੍ਰੋਮਿਸ ਲੈਂਡ ਗਾਰਡਨ ਆਫ ਈਡਨ, ਇਹਦੇ ਰਾਹੀਂ ਸਾਰੇ ਸਬਕ ਮਿਲਦੇ ਨੇ। ਜਦੋਂ ਉਹ ਬੇਵਫਾ ਹੋ ਗਏ ਸੀਗੇ, ਜੈਕਬ ਦੇ 12 ਮੁੰਡੇ ਸੀਗੇ, 12 ਮੁੰਡਿਆਂ 'ਚੋਂ 11 ਮੁੰਡੇ ਜਿਹੜੇ ਸੀ ਨਾ ਉਹ ਝੂਠ ਬੋਲਦੇ ਸੀ ਪਿਓ ਨੂੰ, ਜਿਹੜਾ ਸਾਰਿਆਂ ਨਾਲ ਛੋਟਾ ਸੀ ਨਾ ਜੋਸੇਫ, ਉਹ ਸੱਚ ਦੱਸ ਦਿੰਦਾ ਸੀਗਾ। ਅਤੇ ਉਹਨਾਂ ਨੂੰ ਔਖਿਆਈ ਸੀਗੀ ਵੀ ਅਸੀਂ ਝੂਠ ਬੋਲ ਕੇ ਆਪਣੇ ਪਿਓ ਨੂੰ ਵਡਿਆ ਲਈਦਾ ਹੈਗਾ, ਇਹ ਸੱਚ ਬੋਲ ਦਿੰਦਾ ਹੈਗਾ, ਸਾਡਾ ਝੂਠ ਜਿਹੜਾ ਨਾ ਉਹ ਸਾਰਾ ਉਹਨੂੰ ਪਤਾ ਲੱਗ ਜਾਂਦਾ ਹੈਗਾ।
ਉਹਨੂੰ ਮਾਰਨ ਦੀ ਕੀ ਚੀਜ਼, ਕੁਛ ਵੀ ਇਹਨੂੰ ਮਾਰ ਦੇਈਏ ਤੇ ਆਪਾਂ ਝੂਠ ਬੋਲੀਏ ਜਿੱਦਾਂ ਮਰਜ਼ੀ। ਪਰ ਉਹਨਾਂ ਨੇ ਇਜਿਪਟ ਦੇ ਸੀਗੇ ਵਪਾਰੀ ਜਾਂਦੇ, ਉਹਨਾਂ ਨੂੰ ਵੇਚ ਦਿੱਤਾ। ਜਦੋਂ ਉਹ ਪ੍ਰੋਮਿਸ ਲੈਂਡ ਛੱਡ ਗਿਆ ਨਾ, ਤੇ ਉਹਦੇ ਚ ਕੋਈ ਵੀ ਨਹੀਂ ਰਿਹਾ ਜਿਹੜਾ ਇਬਰਾਹਿਮ ਦਾ ਪੁੱਤਰ ਹੋਵੇ ਵਫ਼ਾਦਾਰ। ਜਿੱਦਾਂ ਦਾ ਇਬਰਾਹਿਮ ਉਦਾਂ ਦੇ ਪੁੱਤਰ ਸੱਚੇ ਤੇ ਸੰਤੋਖੀ। ਇਬਰਾਹਿਮ ਇੱਕ ਸੰਤ ਸੀਗਾ, ਮਹਾ ਸੰਤ, ਮਹਾਦੇਵ, ਹਰ ਹਰ ਮਹਾਦੇਵ ਸੰਤ। ਉਹ ਸੰਤ ਸੁਭਾਅ ਕਿਸੇ ਕਿ ਨਹੀਂ ਸੀਗਾ, ਝੂਠ ਬੋਲਦੇ ਸੀਗੇ ਤੇ ਮਾਰਦੇ ਸੀਗੇ। ਜੀਸਸ ਨੇ ਇਹਦੇ ਬਾਈਬਲ ਵਿੱਚ ਦੱਸਿਆ, ਮਾਥਿਊ ਜੋਨ 8 ਵਰਸ 44, ਝੂਠ ਬੋਲਣਾ ਉਹਨਾਂ ਦੀ ਲੈਂਗੁਏਜ ਸੀਗੀ, ਨੇਟਿਵ ਲੈਂਗੁਏਜ। ਤੇ ਜਦੋਂ ਉਹ ਜੋਸਫ ਨਿਕਲ ਗਿਆ ਨਾ, ਤੇ ਉਹਦੇ 'ਤੇ ਕੋਈ ਵੀ ਜਿਹੜਾ ਜਿਹੜਾ ਇਬਰਾਹਿਮ ਦਾ ਵਫ਼ਾਦਾਰ ਹੋਵੇ, ਫੇਥਫੁਲ। ਅਤੇ ਇਬਰਾਹਿਮ ਨੇ ਉੱਥੇ ਜਿਹੜਾ ਸੀਗਾ ਵਰ ਜਾਵੇ, ਜਿਹਨੇ ਉਹਨਾਂ ਅੱਗੇ ਇਬਰਾਹਿਮ ਨੂੰ ਲਿਆਂਦਾ ਸੀ, ਉਹਦੇ ਵੀ ਪੁੱਤਰ ਨਹੀਂ ਨਾ ਰਹੇ। ਤੇ ਉਹਨੇ ਮੀਂਹ ਬੰਦ ਕਰ ਦਿੱਤਾ, ਜ਼ਮੀਨ ਬੰਜਰ ਹੋ ਗਈ। ਬੰਜਰ ਹੋ ਗਈ ਤਾਂ ਉਹਨਾਂ ਨੂੰ ਨਿਕਲਣਾ ਪਿਆ, ਤੇ ਇਬਰਾਹਿਮ ਨੇ ਉਹਨਾਂ ਠੁੱਡੇ ਮਾਰ ਕੇ ਬਾਹਰ ਕੱਢ ਦਿੱਤਾ, ਜਾਓ ਦੌੜੋ। ਤੋ ਇਜਿਪਟ ਚ ਗਏ, ਜਿਹੜਾ ਕਿ ਇਸਮਾਇਲ ਦੇ ਮੁੰਡੇ ਸੀਗੇ, ਉਹ ਵਫ਼ਾਦਾਰ ਰਹੇ ਨੇ, ਆਦਮ ਦੀ ਪੂਜਾ ਕਰਦੇ ਸੀਗੇ ਉਹ, ਤਦੇ ਉਹ ਮੰਮੀ ਚ ਬਣਾਉਂਦੇ ਨੇ, ਤੇ ਉਹ ਆਪਣੇ ਵੱਡੇ ਵਡੇਰੇ ਦੀ ਇੱਜ਼ਤ ਕਰਦੇ ਨੇ। ਇੱਥੇ ਰਹਿ ਕੇ ਹੁਣ ਮੋਰਸੀ ਜਿਹੜਾ ਸੀਗਾ ਉਹ ਮੁਸਲਿਮ ਬ੍ਰਦਰਹੁੱਡ ਤੇ ਬਣ ਗਿਆ ਸੀ ਪ੍ਰੈਜੀਡੈਂਟ। ਮੁਸਲਿਮ ਜਿਹੜੀ ਹੈਗੀ ਇਹ ਮਿਲਤ ਹੈਗੀ, ਮਜ਼ਹਬ ਹੈਗਾ, ਇਹ ਜਿਸਮ ਨਹੀਂ ਹੈਗਾ। ਮੁਸਲਿਮ ਮੁਸਲਿਮ ਦਿਲ ਦਾ ਹੁੰਦਾ ਹੈਗਾ, ਤਨ ਦਾ ਨਹੀਂ ਹੁੰਦਾ। ਤੇ ਉਹਨੂੰ ਉਹਨਾਂ ਨੇ ਜੇਲ੍ਹ ਵਿੱਚ ਪਾ ਦਿੱਤਾ ਪ੍ਰੈਜੀਡੈਂਟ ਨੂੰ, ਤੇ ਉੱਥੇ ਹੀ ਮਰਿਆ ਉਹ। ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਉਹਨੂੰ, ਯਾਨੀ ਕਿ ਲੋਕਾਂ ਨੂੰ ਵਿੱਚ ਨਫ਼ਰਤ ਨਹੀਂ ਪੈਦਾ ਕਰਨ ਦਿੱਤੀ ਮੁਸਲਿਮ ਬ੍ਰਦਰਹੁੱਡ ਦੇ ਉੱਤੇ। ਤੇ ਇਹ ਹੈਗਾ ਉਹਨਾਂ ਦਾ, ਇਸਮਾਇਲ ਦੇ ਮੁੰਡਿਆਂ ਦਾ। ਅਜੇ ਵੀ ਉਹ ਆਦਮ ਦੀ ਪੂਜਾਦਾਰ ਹੈਗੇ ਨੇ, ਤੇ ਆਪਣੇ ਬਜ਼ੁਰਗਾਂ ਦੀ ਉਹ ਮੰਮੀ ਬਣਾ ਕੇ ਰੱਖਦੇ, ਉਹਨਾਂ ਨੂੰ ਉਹਨਾਂ ਦੀ ਯਾਦ ਰੱਖਦੇ ਨੇ। ਉਹਨਾਂ ਦਾ ਸੌਲਟ ਹੈਗਾ, ਜਦੋਂ ਜੀ ਦੇ ਬੱਚਾ ਸੀ, ਇਹ ਜਿਹੜੇ ਜੂ ਸੀ ਉਹਨੂੰ ਮਾਰਨਾ ਚਾਹੁੰਦੇ ਸੀਗੇ ਵੀ ਹੁਣ ਇਹ ਆ ਗਿਆ ਤੇ ਹੁਣ ਸਾਡਾ ਜਿਹੜਾ ਮੰਦਰ ਹੈਗਾ ਇਹਦੀ ਓਨੀ ਅਹਿਮੀਅਤ ਨਹੀਂ ਰਹਿਣੀ ਹੈਗੀ, ਇਹਨੂੰ ਮਾਰ ਦੇਈਏ। ਤਦ ਫਿਰ ਉਹਨੂੰ ਯਾਵੇ ਨੇ, ਬ੍ਰਹਮਾ ਨੇ ਉਹਨੂੰ ਕਿਹਾ ਸੀ ਇਹਨੂੰ ਲੈ ਜਾਓ ਇਜਿਪਟ ਵਿੱਚ ਲੈ ਜਾਓ। ਇਜਿਪਟ ਵਿੱਚ ਲੈ ਗਿਆ ਸੀ ਤਾਂ ਉੱਥੇ ਉਹ ਫਿਰ ਰਿਹਾ ਸੀ ਜਦੋਂ ਤਾਈਂ ਹੈਰੋਡ ਜਿੰਦਾ ਸੀ। ਜਦੋਂ ਮਰ ਗਿਆ ਫਿਰ ਉਹਨੇ ਕਿਹਾ ਹੁਣ ਤੁਸੀਂ ਜਾ ਸਕਦੇ ਹੈ ਆਪਣੇ ਇਜ਼ਰਾਈਲ ਵਿੱਚ, ਜਦੋਂ ਪੰਜ ਕੁ ਸਾਲ ਦਾ, ਛੇ ਸਾਲ ਦਾ ਹੋਇਆ। ਤੇ ਇਹ ਜੀਜ਼ ਜਿਹੜਾ ਸੀ ਪਹਿਲਾ ਸਤਿਗੁਰੂ ਸੀ ਦੁਨੀਆਂ 'ਚ ਆਇਆ। ਸਤਿਗੁਰੂ ਆਉਂਦਾ ਹੈਗਾ ਜਦੋਂ ਲੋਕ ਸ਼ੰਕਰ ਵਰਨੀਏ ਬਣ ਜਾਂਦੇ ਨੇ, ਯਾਨੀ ਕਿ ਜੀਵ ਬਣ ਜਾਂਦੇ ਜਿਸਮ ਦੇ। ਜੀਵ ਹੁੰਦਾ ਦਿਲ ਦਾ, ਜਿਸਮ ਦਾ ਨਹੀਂ ਹੁੰਦਾ। ਸਪਿਰਚੁਅਲ ਸੈਲਫ ਹੈਗਾ, ਰੂਹਾਨੀ ਹੈਗਾ ਇਹ। ਇਹ ਜੀਵ ਜਿਹੜਾ ਹੈਗਾ ਇਹ ਤਨ ਨਹੀਂ ਹੈਗਾ, ਜਿੰਨਾ ਹਿੰਦੂ ਹੈਗਾ। ਹਿੰਦੂ ਜਿਹੜਾ ਹੈਗਾ ਉਹ ਦਿਲ ਦਾ ਹੁੰਦਾ ਹੈਗਾ, ਜਿਸਮ ਦਾ ਨਹੀਂ ਹੁੰਦਾ। ਜਿਸਮ ਦਾ ਕੋਈ ਜੱਟ ਹੋਇਆ, ਕੋਈ ਚੂੜਾ ਹੋਇਆ, ਕੋਈ ਚਮਾਰ ਹੋਇਆ, ਇਹ ਹੁੰਦੇ ਨੇ ਕੌਮਾਂ ਦੇ ਲੋਕ। ਭਗਤ ਕਬੀਰ ਜੀ ਕਹਿੰਦੇ ਨਾ, ਜਿੱਦਾਂ ਬਾਹਮਣ ਕਹਿ ਕੇ ਜਨਮ ਮਤ ਖੋਏ। ਜਿਹੜੇ ਬਾਹਮਣ ਸੀ ਨਾ ਉਹ ਨਿਕੰਮੇ ਹੋ ਗਏ ਤੇ ਉਹ ਸ਼ਕਲ ਦੇ ਹੀ ਬਣ ਗਏ ਬ੍ਰਾਹਮਣ, ਆਪਣੀ ਕੌਮ ਛੁਪਾਉਣ ਲੱਗ ਪਏ। ਤੇ ਜੱਟ ਭਗਤ ਕਬੀਰ ਨੇ ਕਿ ਬਾਹਮਣ ਕਹਿ ਕੇ ਜਨਮ ਮਤ ਖੋਏ, ਇੱਦਾਂ ਤੁਸੀਂ ਸਿੱਖ ਕੌਮ ਕਹਿ ਕੇ ਆਪਣਾ ਜਨਮ ਨਾ ਖੋ ਕੇ ਬਹਿ ਜਾਓ। ਜਨਮ ਖੋ ਲਓਗੇ ਤੇ ਤੁਹਾਨੂੰ ਇਸ ਦੁਨੀਆਂ 'ਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਸੈਕਟੇਰੀਅਨ 1947 'ਚ ਇਸੇ ਤਰ੍ਹਾਂ ਹੀ ਬਣੇ ਸੀ ਨਾ। ਜਦੋਂ ਤਾਈਂ ਚੌਧਰੀ ਛੋਟੂ ਰਾਮ ਜਿੰਦਾ ਸੀਗਾ ਉਦੋਂ ਤਾਈਂ ਕਿਸੇ ਨੇ ਪਾਰਟੀਸ਼ਨ ਬਾਰੇ ਸੋਚਿਆ ਨਹੀਂ ਸੀਗਾ, ਜਾਂ ਮਜ਼ਹਬੀ ਰੰਗ ਦਿੱਤਾ ਨਹੀਂ ਸਾਨੂੰ ਜੱਟਾਂ ਨੂੰ।
ਜੇ ਕੋਈ ਦਿੰਦਾ ਸੀ ਤਾਂ ਉਹ ਥੱਲੇ ਰਹਿੰਦਾ ਸੀਗਾ, ਯਾਨੀ ਕਿ ਉਭਰਿਆ ਨਹੀਂ ਸੀਗਾ। ਸਾਰੇ ਜੱਟ ਜਿਹੜੇ ਇਕੱਠੇ ਸੀਗੇ ਯੂਨੀਅਨ ਪਾਰਟੀ ਵਿੱਚ, ਬਾਕੀ ਦੇ ਵੀ ਜਿਹੜੇ ਜ਼ਿਮੀਦਾਰ ਸੀਗੇ ਉਹ ਵੀ ਮਿਲਾਏ ਹੋਏ ਸੀ ਉਹਨੇ, ਕਿ ਜਿਹੜੇ ਜ਼ਿਮੀਦਾਰ ਹੁੰਦੇ ਉਹਨਾਂ ਦਾ ਇੱਕ ਸੁਭਾਅ ਹੁੰਦਾ ਹੈਗਾ, ਦੁਕਾਨਦਾਰਾਂ ਦਾ ਇੱਕ ਸੁਭਾਅ, ਦੁਕਾਨਦਾਰਾਂ ਦਾ ਸੁਭਾਅ ਹੈਗਾ ਲੁੱਟਣਾ, ਜ਼ਿਮੀਦਾਰ ਦਾ ਹਿਸਾਬ ਹੈਗਾ ਉਹਨੇ ਪੈਦਾ ਕਰਨਾ, ਮਿਹਨਤ ਕਰਨੀ। ਤੇ ਉਹ ਫਿਰ ਜਿਹੜਾ ਹੁਣ ਦੱਸਦਾ ਤੁਹਾਨੂੰ ਜਿਹੜਾ ਇਹ ਜਿਹੜਾ ਹੋ ਰਿਹਾ ਮਿਡਲ ਈਸਟ ਵਿੱਚ ਹੁਣ, ਉਹ ਜਿਹੜੇ ਬਣ ਗਏ ਸੀ ਨਾ ਜੂ ਜਿਸਮ ਦੇ ਸ਼ੰਕਰ ਵਰਨੀਏ, ਉਹ ਟੈਂਪਰੇਚਰ ਉਹਨਾਂ ਦੀ ਤਾਦਾਦ ਜ਼ਿਆਦਾ ਹੋ ਗਈ, ਤੇ ਉਹਨੂੰ ਜੀਜੇ ਨੂੰ ਫਿਰ ਕੁਆਰੀ ਦੇ ਜਨਮ ਲੈਣਾ ਪਿਆ, ਕਿਉਂ ਉਹ ਪੱਕੇ ਹਰਾਮੀ ਬਣ ਗਿਆ ਨਾ। ਤੇ ਜਦੋਂ ਉਹ ਜਾਂਦਾ ਸੀਗਾ ਨਾ ਟੈਂਪਲ ਵਿੱਚ, ਉਹਨਾਂ ਨੂੰ ਦੱਸਦਾ ਸੀ ਵੀ ਆਹ ਤੁਸੀਂ ਗਲਤ ਕਰ ਰਹਿ ਗਿਆ, ਉਹਨੂੰ ਉਹ ਖਿੱਜ ਖਿੱਜ ਕੇ ਪੈਂਦੇ ਸੀਗੇ, ਪੱਥਰ ਮਾਰਨ ਨੂੰ ਪੈਂਦੇ ਸੀਗੇ। ਪਰ ਜਿਹੜੇ ਬਾਹਰੋਂ ਆਉਂਦੇ ਸੀ ਲੋਕ, ਇਹ ਦੁਨੀਆਂ 'ਚ ਇੱਕ ਨੰਬਰ ਦਾ ਪਵਿੱਤਰ ਸਥਾਨ ਹੁੰਦਾ ਸੀਗਾ ਜਰੂਜਲਮ, ਇਹ ਹਰਿਮੰਦਰ ਪਹਿਲਾਂ ਉੱਥੇ ਹੁੰਦਾ ਸੀਗਾ, ਸਰੋਵਰ ਜਿਹੜਾ ਹੈਗਾ ਉਹ ਵੀ ਉੱਥੇ ਹੁੰਦਾ, ਸ਼ਿਲੋਂਗ ਸਰੋਵਰ ਇਹਨੂੰ ਕਹਿੰਦੇ ਸੀਗੇ, ਤੇ ਹੁਣ ਇੰਡੀਆ 'ਚ ਹੈਗਾ। ਇੰਡੀਆ ਦਾ ਜਿਹੜਾ ਹੈਗਾ ਅੰਮ੍ਰਿਤਸਰ ਦਾ ਸਥਾਨ ਜਿਹੜਾ ਦੁਨੀਆਂ 'ਚ ਸਾਰਿਆਂ ਦਾ ਪਵਿੱਤਰ ਹੈਗਾ ਜੀ, ਪਰ ਇੱਥੇ ਦੇ ਜਿਹੜੇ ਠੱਗ ਹੈਗੇ ਉਹ ਵੀ ਉੱਪਰ ਦੇ ਹੈਗੇ ਨੇ। ਪਹਿਲਾਂ ਹੁੰਦੇ ਸੀ ਬਨਾਰਸ ਦੇ ਠੱਗ, ਜਦੋਂ ਕੋਈ ਮਰ ਮੁਰ ਜਾਣਾ ਨਾ ਆਦਮੀ, ਤਾਂ ਉਹਨਾਂ ਨੇ ਕਿਹਾ ਵੀ ਹੁਣ ਤੂੰ ਬਨਾਰਸ ਉੱਥੇ ਪਾਇਆ ਇਹਦੇ ਅਸਤ, ਜਾਂ ਹੋਰ ਕਿਤੇ ਪਾਇਆ ਗੰਗਾ 'ਚ ਪਾਇਆ, ਅਤੇ ਉੱਥੇ ਜਾ ਕੇ ਆਪਣਾ ਲਿਖਾਉਂਦਾ ਹੁੰਦਾ ਸੀ ਵੀ ਆਪਣਾ ਫਲਾਣੇ ਦਾ ਪੁੱਤਰ ਸੀਗਾ, ਆਹ ਸਾਡਾ ਹੈਗਾ। ਉੱਥੇ ਪੰਡਿਤ ਜਿਹੜੇ ਸੀਗੇ ਉਹ ਲਿਖਦੇ ਸੀਗੇ, ਤੇ ਅੱਜ ਕੱਲ ਹੈਗਾ ਆਪਣੇ ਰਾਜਸਥਾਨ ਵਿੱਚ ਪੁਸ਼ਕਰ, ਪੁਸ਼ਕਰ ਪੁਸ਼ਕਰ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਪੁਸ਼ਕਰ ਆ, ਵੀ ਪੁਸ਼ਕਰ ਆ ਵੀ ਸਾਡੇ ਵੱਡੇ ਵਡੇਰੇ ਕੌਮ ਸੀਗੇ, ਉੱਥੇ ਇੱਕ ਬ੍ਰਾਹਮਣ ਹੈਗਾ ਉਹ ਵੀ ਲਿਖਦਾ ਹੈਗਾ, ਜਿਹੜੇ ਮਰ ਜਾਂਦੇ ਨਾ ਉਹਨਾਂ ਦਾ ਸਾਰਾ ਲਿਖਦਾ ਹੈਗਾ। ਉੱਥੇ ਬ੍ਰਹਮਾ ਦਾ ਹੈਗਾ ਮੰਦਰ ਵਗੈਰਾ ਹੈਗਾ, ਕਿਉਂ ਇਹ ਜਿਸ ਪੈਦਾ ਬ੍ਰਹਮਾ ਨੇ ਕੀਤਾ ਹੈਗਾ, ਬ੍ਰਹਮਾ ਨੇ ਇਸ ਕਰਕੇ ਮੰਦਰ ਉੱਥੇ ਬ੍ਰਹਮਾ ਦਾ ਹੈਗਾ। ਅਤੇ ਜਰੂਜਲਮ ਵੀ ਹੁੰਦਾ ਸੀ ਬ੍ਰਹਮਾ ਦਾ ਮੰਦਰ, ਜਿੱਥੇ ਕਿ ਜੂਟਾ ਸਕੈਰੀਓਟ ਨੇ 30 ਸਿੱਕੇ ਸਿੱਟੇ ਸੀਗੇ, ਇਹਨੂੰ ਘੁਮਿਆਰ ਕਹਿੰਦੇ ਨੇ। ਅਤੇ ਪੁਸ਼ਕਰ ਆ ਵੀ ਉਹ ਪੁਸ਼ਕਰ ਆ ਵੀ ਸਾਡੇ ਵੱਡੇ ਵਡੇਰੇ ਕੌਮ ਸੀਗੇ, ਉੱਥੇ ਉਹ ਲਿਖਾਉਂਦੇ ਸੀਗੇ, ਅੱਜ ਵੀ ਉੱਥੇ ਬੈਠਾ ਹੈਗਾ ਕੋਈ ਬ੍ਰਾਹਮਣ ਉਹ ਲਿਖਦਾ ਹੈਗਾ। ਤੇ ਇਸ ਤਰ੍ਹਾਂ ਹੈਗਾ ਵੀ ਆਪਣੇ ਉਹ ਯਾਦ ਵਿੱਚ ਰੱਖਦੇ ਸੀਗੇ। ਤੇ ਤੁਸੀਂ ਦੇਖੋਗੇ ਕਿ ਉਹ ਜੇ ਉਹਦੀ ਜਿਹੜੀ ਜਿਹੜੀ ਲਿਖਤ ਹੈਗੀ, ਭੱਟੀ ਹੋਏ ਜਾਂ ਹੋਰ ਜੱਟ ਹੋਏ, ਜਿੰਨਾ ਨਿੱਜਣ ਵਿੱਚੋਂ ਸਾਡੇ 'ਚ ਮੁਹੰਮਦਨ ਬਣ ਗਏ ਸੀ ਨਾ, ਇਹ ਜਿਹੜੇ ਮੁੱਲਾ ਸੀਗੇ ਤੰਗ ਕਰਦੇ ਸੀਗੇ, ਉਹ ਤੰਗ ਹੋਣ ਤੇ ਉਹਨੇ ਕਿਹਾ ਚੱਲ ਤੂੰ ਸੁਮਤ ਕਰ ਲਾ, ਚੱਲ ਸਾਨੂੰ ਮੁਹੰਮਦਨ ਬਣਾ ਲਾ, ਕਿ ਨਹੀਂ ਸੀ ਤੰਗ ਕਰਦੇ। ਇਹ ਜਿਹੜਾ ਰਾਜ ਸੀ ਨਾ ਮੁਗਲਾਂ ਵਗੈਰਾ ਦਾ, ਮੁਹੰਮਦਨ ਸੀਗੇ ਨਾ ਇਹ ਜ਼ਿਆਦਾ, ਤੇ ਆਪਣਾ ਹੀ ਚਲਾਉਣਾ ਚਾਹੁੰਦੇ ਸੀ ਕਿ ਵੀ ਸਾਡੇ ਸਾਡੇ ਮੁੱਲਾ ਦਾ ਹੀ ਰਾਜ ਹੋਵੇ। ਇਸੇ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਕਿਰਪਾਨ ਨਾਲ ਸੁਝਿਆ ਸੀ ਇਹਨਾਂ ਨੂੰ। ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਹਰ ਇੱਕ ਸਮਝਣੀ ਚਾਹੀਦੀ, ਤੇ ਜਿੰਨਾ ਗਿਆਨ ਇੰਡੀਆ 'ਚ ਹੈਗਾ ਦੁਨੀਆ 'ਚ ਕਿਸੇ ਕੋਨੇ 'ਚ ਹੈ ਨਹੀਂਗਾ। ਤੇ ਜਿਹੜਾ ਮਿਡਲ ਈਸਟ 'ਚ ਹੈਗਾ ਇਹਨਾਂ ਦਾ ਪ੍ਰੈਕਟੀਕਲ ਹੈਗਾ, ਡੈਮੋਸਟ੍ਰੇਸ਼ਨ ਦਿੰਦੇ ਵੀ ਆਹ ਕਰੋਗੇ ਤੇ ਆਹ ਫਲ ਮਿਲੇਗਾ। ਹਿਟਲਰ ਨੇ ਇਹ ਜਿਹੜੇ ਜੂ ਕਹਿੰਦੇ ਨਾ ਹੁਣ ਜੂ ਮਾਰੇ ਨੇ, ਉਹ ਜਿਹੜੇ ਜੂ ਮਾਰੇ ਨੇ ਜਿਹੜੇ ਕਿ ਜੂ ਜਿਸਮ ਦੇ ਬਣਦੇ ਸੀਗੇ, ਜਿਸਮ ਦੇ ਉਹਨਾਂ ਦਾ ਜਿਹੜਾ ਰਬਾਈ ਸੀਗਾ ਉਹ ਬਣਾਉਂਦਾ ਸੀਗਾ। ਤੇ ਉਹ ਜੀਜੇ ਕਹਿੰਦਾ ਜਦੋਂ ਇੱਕ ਅੰਨਾ ਅੰਨੇ ਆਗੂ ਦੇ ਪਿੱਛੇ ਲੱਗਿਆ ਹੋਵੇ ਨਾ, ਦੋਨੋਂ ਉਹ ਜਿਹੜੇ ਨੇ ਫਿਰ ਉਹ ਖੂਹ 'ਚ ਡਿੱਗਦੇ ਨੇ,
ਉਹ ਜਿਹੜਾ ਖੂਹ ਸੀਗਾ ਉਹ ਸੀਗਾ ਹੋਲੋਕਾਸਟ, ਉਹਨਾਂ ਨੂੰ ਜਿਹੜਾ ਮਾਰਿਆ ਸੀ ਹਿਟਲਰ ਨੇ। ਹਿਟਲਰ ਸੀ ਉਹ ਜਰਮਨ ਸੀਗਾ, ਜਦੋਂ ਜਰਮਨ ਜਰਮਨ ਹੈਗੇ ਕੌਮ ਹੈਗੀ ਜਰਮਨ, ਜਿੱਦਾਂ ਸਾਡੀ ਜੱਟ ਹੈਗੀ ਕੌਮ, ਇੱਦਾਂ ਜਰਮਨ ਕੌਮ ਹੈਗੀ। ਜਦੋਂ ਇੰਗਲਿਸ਼ ਇੰਗਲਿਸ਼ ਕੌਮ ਹੁੰਦੀ ਸੀਗੀ, ਕੰਜ਼ਰਵੇਟਿਵ ਲੇਬਰ ਵਗੈਰਾ ਨਹੀਂ ਸੀ ਹੁੰਦੇ, ਇਹਨਾਂ ਨੇ ਵੀ ਮਾਰੇ ਸੀਗੇ ਜੀ। ਹਾਂ, ਇੱਕ ਮੁਲਕ ਵਿੱਚ ਜਿੱਥੇ ਕੌਮ ਦਾ ਕੌਮ ਦੇ ਲੋਕ ਹੈਗੇ ਨੇ ਉਹ ਇਹਨਾਂ ਨੂੰ ਮਾਰਨਗੇ। ਤੇ ਹੁਣ ਆਏਗਾ ਕਲਯੁਗ ਦਾ ਅਖੀਰ। ਬਾਈਬਲ ਚ ਲਿਖਿਆ ਜਦੋਂ ਕਲਯੁਗ ਦਾ ਅਖੀਰ ਆਇਆ, ਇਹ ਹੈਗਾ ਮਾਥਿਊ 30 ਤੇ ਵਰਸ 24-30 ਚ ਪੜ੍ਹ ਲਿਆ ਜੇ। ਜਿਹੜਾ ਹੈਗਾ ਫਾਰਮਰ ਹੈਗਾ ਉਹ ਹੈਗਾ ਬ੍ਰਹਮਾ, ਇਹ ਸਾਰੀ ਸ੍ਰਿਸ਼ਟੀ ਬ੍ਰਹਮਾ ਦੀ ਹੈਗੀ ਨਾ। ਬ੍ਰਹਮਾ ਹੋਇਆ ਇਹਨੂੰ ਯਾਵੇ ਕਹਿੰਦੇ ਨੇ ਹਿਬਰੂ ਵਿੱਚ, ਤੇ ਇਹਨੂੰ ਕਹਿੰਦੇ ਖੁਦਾ ਕਹਿੰਦੇ ਇਹਨੂੰ ਅਰਬੀ ਵਿੱਚ। ਇਹ ਕੁਦਰਤ ਜਿਹੜੀ ਖੁਦਾ ਇਹਦੀ ਹੈਗੀ। ਜਿਹੜਾ ਨੂਰ ਹੈਗਾ ਨਾ ਸਾਡੇ 'ਚ, ਨੂਰ ਜਾਨ, ਉਹ ਹੈਗੀ ਅੱਲਾ ਦੀ। ਅੱਲਾ ਪਾਬਰਮ ਅਤੇ ਐਲੋਹੀਅਮ ਇੱਕੋ ਚੀਜ਼ ਹੈਗੀ, ਇਹ ਸੁਪਰ ਨੈਚੁਰਲ ਫਾਦਰ ਹੈਗੀ ਨੇ। ਤੇ ਅੱਜ ਇਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈਗਾ ਇਸਰਾਇਲ ਵਿੱਚ ਫਾਈਨਲ ਬਰਨਿੰਗ ਲਈ। ਇਹਨ ਦੋਹਰੀ ਇਹੋ ਧਰਤੀ 'ਚ ਆਏ ਨੇ। ਇੱਕ ਵਾਰੀ ਤਾਂ ਜਦੋਂ ਜੈਕਬ ਦੇ 11 ਮੁੰਡੇ ਸੀਗੇ ਤਾਂ ਉਹ ਬੇਵਫਾ ਹੋ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਨਾ, ਉਹ ਫਿਰ ਇਜਿਪਟ ਵਿੱਚ ਗਿਆ ਸੀਗਾ। ਇਜਿਪਟ ਵਿੱਚ ਉਹਨੇ ਜਿਹੜਾ ਜੋਸਫ ਸੀਗਾ ਜਿਹਨੂੰ ਇਹ ਮਾਰਨਾ ਚਾਹੁੰਦੇ ਸੀ, ਉਹਨੇ ਇਹਨਾਂ ਨੂੰ ਚੰਗੀ ਜ਼ਮੀਨ ਲੈ ਕੇ ਦਿੱਤੀ, ਤੁਸੀਂ ਵੀ ਆਬਾਦ ਇੱਥੇ ਹੋਵੋ ਚੰਗੀ ਤਰ੍ਹਾਂ, ਪਰ ਆਪਣੀਆਂ ਆਦਤਾਂ ਨੂੰ ਹਟੇ ਨਹੀਂ, ਲੋਕਾਂ ਨਾਲ ਬੇਈਮਾਨੀਆਂ ਕਰਨੀਆਂ ਸਭ ਕਰਨਾ। ਉਹ ਫਿਰ ਉਹਨਾਂ ਨੇ ਦੇਖਿਆ ਤਾਂ ਨਿਕੰਮੇ ਆਦਮੀ ਹੈਗੇ ਨੇ, ਉਹਨਾਂ ਨੂੰ ਫਿਰ ਉਹਨਾਂ ਗੁਲਾਮ ਬਣਾ ਲਿਆ। ਗੁਲਾਮ ਇੱਥੇ ਦੇ ਬਣਾ ਲਿਆ ਕਿ ਉਹਨਾਂ ਦੇ ਜਿਹੜੇ ਮੁੰਡੇ ਸੀਗੇ ਉਹ ਮਾਰਨ ਲੱਗ ਪਏ, ਅਤੇ ਕਹਿੰਦੇ ਕੁੜੀਆਂ ਹੀ ਤੁਸੀਂ ਰੱਖ ਸਕਦੇ ਹੈ, ਬਾਕੀ ਮੁੰਡੇ ਨਹੀਂ, ਮੁੰਡੇ ਮਰਨਗੇ ਸਾਰੇ। ਯਾਨੀ ਕਿ ਉਹਨਾਂ ਦੇ ਜਿਹੜਾ ਨਾਸ਼ ਕਰਨ ਲੱਗੇ ਜੀ ਕੌਮ ਦਾ। ਕੌਮ ਜਿਹੜੀ ਹੁੰਦੀ ਆਦਮੀ 'ਚ ਹੁੰਦੀ ਹੈ, ਔਰਤ 'ਚ ਨਹੀਂ ਹੁੰਦੀ। ਔਰਤ ਤਾਂ ਇੱਕ ਧਰਤੀ ਵਾਂਗਣ ਹੈਗੀ, ਵਿੱਚ ਬੀਜ ਜਿਹੜਾ ਹੈਗਾ ਉਹ ਆਦਮ ਦਾ ਆਦਮੀ ਦਾ ਹੈਗਾ। ਜਿਹੜੀ ਔਰਤ ਹੈਗੀ ਉਹ ਪਾਪ ਬ੍ਰਹਮ ਨਾਲ ਉਹਦਾ ਤੁਲ ਹੈਗਾ, ਕਿਉਂ ਉਹ ਖੂਨ ਦਿੰਦੀ ਹੈਗੀ। ਤੇ ਆਦਮ ਦੇ ਨਾਲ ਜਿਹੜਾ ਜਾਵੇ ਦੇ ਨਾਲ ਹੈਗਾ ਉਹ ਤੁਲ ਹੈਗਾ ਆਦਮੀ ਦਾ। ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਭ ਦਿਲ 'ਚ ਹੈਗੀਆਂ ਜੇ ਤੁਸੀਂ ਵਿਚਾਰੋਗੇ। ਗਿਆਨੀ ਉਹ ਜੋ ਆਪ ਵਿਚਾਰੇ, ਤੇ ਨਾਨਕ ਜਿਹੜਾ ਹੈਗਾ ਉਹ ਸਤਿਗੁਰੂ ਸੀਗਾ। ਸੱਤ ਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਮੈਂ ਜੇ ਸਤਿਪੁਰਖ ਨੂੰ ਜਾਣਦਾ ਮੇਰਾ ਨਾਉ ਸਤਿਗੁਰੂ ਹੈਗਾ। ਤਾਂ ਫਿਰ ਨਾਨਕ ਨੂੰ ਇਹ ਗੁਰੂ ਕਹਿੰਦੇ ਨੇ, ਖੱਤਰੀ ਗੁਰੂ ਕਹਿ ਕੇ ਉਹਨੂੰ ਬਾਹਮਣ ਗੁਰੂ ਦੇ ਬਰਾਬਰ ਲਿਆਉਂਦੇ ਨੇ, ਯਾਨੀ ਕਿ ਲੋਕਾਂ ਨੂੰ ਭੁਲਾਉਂਦੇ ਨੇ। ਇਸ ਕਰਕੇ ਲਿਖਿਆ ਨਾ ਕਿ ਚਿੱਤ ਵਿੱਚ ਰਹੀਓ ਠਗੌਰ, ਨਾਨਕ ਫਾਂਸੀ ਗੱਲ ਪੜੀ। ਇਹ ਜਿਹੜੇ ਖੱਤਰੀ ਹੈਗੇ ਨੇ ਠਗੌਰ ਹੈਗੇ ਨੇ, ਬਾਈ ਮੰਜੀਆਂ ਡਾਹ ਕੇ ਪੈ ਗਏ ਸੀਗੇ ਬਾਬਾ ਬਕਾਲੇ ਅਤੇ ਹੋਰ ਕਈ ਠੱਗਣ ਦੀਆਂ ਕੀਤੀਆਂ ਨੇ। ਇਹ ਹੁਣ ਚਿੱਤ ਵਿੱਚ ਰਹਿ, 1984 'ਚ ਇਹ ਜ਼ਿਆਦਾ ਮਰੇ ਸੀਗੇ ਜਿਹੜੇ ਰੋੜੇ ਖੱਤਰੀ। ਅਤੇ ਫਿਰ ਵੀ ਜੇ ਇਹਨਾਂ ਨੂੰ ਸ਼ਰਮ ਆਉਂਦੀ ਜਾਂ ਇਹਨਾਂ ਨੂੰ ਕੁਛ ਸਬਕ ਮਿਲਦਾ, ਅਤੇ ਫਿਰ ਉਹ ਪੁਰਾਣੀ ਆਦਤਾਂ ਤੋਂ ਨਹੀਂ ਹਟਦੇ ਲੁੱਟ ਮਾਰ ਦੀ। ਅਤੇ ਹੁਣ ਇਹਨਾਂ ਦੇ ਵੱਡਾ ਕਰਾਰਾ ਹੋਏਗਾ, ਅਤੇ ਇਹਦੇ 'ਚ ਇਹਦੇ ਖੂਬ ਇਹਨਾਂ ਦੀ ਦਰੁਸਤੀ ਹੋਏਗੀ। ਜਿਹੜੇ ਪਿੰਡਾਂ ਦੇ ਲੋਕ ਹੈਗੇ ਨੇ ਉਹ ਘੱਟ ਇੱਕ ਦੂਏ ਨੂੰ ਮਾਰਨਗੇ, ਪਰ ਸ਼ਹਿਰਾਂ ਦੀ ਜਿਹੜੀ ਹੈਗੀ ਬਹੁਤ ਹੋਏਗੀ ਦੁਰਗਤੀ। ਅਤੇ ਕਲਯੁਗ ਦਾ ਅਖੀਰ ਹੈਗਾ, ਅਤੇ ਇਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈਗਾ, ਅਤੇ ਇਹਨਾਂ ਦੀ ਹੁਣ ਐਟੋਮਿਕ ਵਾਰ ਲੱਗਣ ਵਾਲੀ ਹੈਗੀ। ਉਸ ਲੱਗਣ ਤੋਂ ਪਹਿਲਾਂ ਜਿੱਦਾਂ ਇਹ ਹੁਣ ਅੱਜ ਕਰ ਰਹੇ ਨੇ ਆਪਣੇ ਕਰਤੂਤਾਂ ਦਿਖਾ ਰਿਹਾ ਹੈਗਾ, ਰੰਗ ਦਿਖਾ ਰਿਹਾ ਨਾ ਆਪਣਾ, ਸ਼ੰਕਰ ਵਰਨੀਏ ਹੈਗੇ ਉਹ, ਸ਼ੰਕਰ ਵਰਨੀਏ ਪੱਕੇ ਹਰਾਮੀ, ਅਤੇ ਆਪਣਾ ਰੰਗ ਦਿਖਾ ਰਹੇ ਨੇ। ਅਤੇ ਇਹ ਰੰਗ ਦੇਖ ਕੇ ਦੁਨੀਆਂ ਦੇ ਲੋਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਮਾਰਨਗੇ। ਜਿਹਦਾ ਜੀਨੇ ਸੀਗਾ, ਜੀਨੇ ਦੇ ਦੋ ਗੁਣ ਸੀਗੇ ਨਾ, ਇੱਕ ਤਾਂ ਸੀਗਾ ਗੁਣ ਉਹਦਾ ਜਿਹੜਾ
ਤੁਹਾਨੂੰ ਭਾਸ਼ਾ ਦਿੰਦਾ ਸੀਗਾ, ਬੋਲਦਾ ਸੀ ਜੋ, ਯਾਨੀ ਕਿ ਸਿਕਸ਼ਾ ਦਿੰਦਾ ਸੀ। ਇੱਕ ਸੀਗਾ ਉਹਨੇ ਜਿਹੜੇ ਬਿਮਾਰ ਸੀ ਉਹਨਾਂ ਨੂੰ ਤੰਦਰੁਸਤ ਕੀਤਾ, ਕੋਈ ਬੋੜਾ ਸੀ ਕੋਈ ਅੰਨਾ ਸੀ ਕੋਈ ਕੁਛ ਵੀ ਸੀ ਉਹਨੇ ਤੰਦਰੁਸਤ ਕੀਤਾ। ਉਹ ਜਿਹੜਾ ਤੰਦਰੁਸਤ ਕੀਤਾ ਉਹ ਤਾਂ ਹਰ ਇੱਕ ਆਦਮੀ ਦੇਖ ਸਕਦਾ ਨਾ, ਜਿਹੜੀ ਉਹਦੀ ਭਾਸ਼ਾ ਸੀਗੀ ਉਹ ਹਜ਼ਾਰ ਵਿੱਚੋਂ ਇੱਕ ਆਦਮੀ ਸਮਝਦਾ ਸੀ ਅਤੇ ਦੋ ਆਦਮੀ ਸਮਝਦੇ ਸੀ ਦੋ ਹਜ਼ਾਰ ਵਿੱਚੋਂ, ਦਸ ਹਜ਼ਾਰ ਵਿੱਚੋਂ। ਜਿਹੜਾ ਆਪਣੇ ਇੰਡੀਆ 'ਚ ਹੈਗਾ ਕੋਟਰ ਮੇਂ ਏਕ ਸਿੱਖ ਹੈਗਾ, ਪਗੜੀ ਅਤੇ ਦਾੜੀ ਨਾਲ ਸਿੱਖ ਨਹੀਂ ਬਣਦਾ। ਅਤੇ ਇਸ ਤਰ੍ਹਾਂ ਉਹਨੇ ਜਦੋਂ ਮਾਰਿਆ ਸੀ, ਜਦੋਂ ਉਹਨੂੰ ਜਿਹੜੇ ਜਿਨ੍ਹਾਂ ਦੇ ਦਿਲ ਸਾਫ਼ ਸੀਗੇ ਪਿੰਡਾਂ ਦੇ ਲੋਕ ਖਾਸ ਕਰਕੇ, ਉਹਨਾਂ ਨੂੰ ਬਹੁਤ ਬਹੁਤ ਉਹਨਾਂ ਨੂੰ ਸਦਮਾ ਹੋਇਆ ਸੀਗਾ। ਜਿੱਦਾਂ ਇਹਨਾਂ ਨੇ ਹੁਣ ਸੈਡਮ ਹੁਸੈਨ ਮਾਰਿਆ ਸੀਗਾ ਕਿ ਉਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈਗੇ, ਕੁਛ ਨਹੀਂ ਨਿਕਲਿਆ, ਕੂੜ ਬੋਲਿਆ, ਕੁਫਰ। ਇਹ ਜਿਹੜਾ ਕੂੜ ਹੁੰਦਾ ਨਾ ਇਹਦੇ ਡੋਬੇ ਕੂੜ, ਇਹਦੀ ਸਜ਼ਾ ਮਿਲਦੀ ਚੰਗੀ, ਉਹ ਪੂਟਨ ਨੇ ਦੇਣੀ ਹੈਗੀ। ਹੁਣ ਪੂਟਨ ਦੇ ਜਿਹੜੇ ਆਦਮੀ ਹੈਗੇ ਨੇ ਉਹ ਕਬੀਲੇ ਦੇ ਹੈਗੇ ਨੇ, ਤਾਜਿਕਸਤਾਨ ਤਾਜਿਕ ਕੌਮ ਦਾ, ਉਜ਼ਬਕਿਸਤਾਨ ਉਜ਼ਬਕ ਕੌਮ ਦਾ, ਉਹਨਾਂ ਨੇ ਹੁਣ ਇਹਨਾਂ ਨੂੰ ਮਾਰਨਾ ਹੈਗਾ। ਅਤੇ ਬਹੁਤ ਆਸਾਨ ਹੈਗਾ, ਕੌਮਾਂ ਦੇ ਲੋਕਾਂ ਨੇ ਧਰਤੀ 'ਤੇ ਰਹਿਣਾ ਹੈਗਾ, ਹਿੰਦੂ ਸਿੱਖ ਜਾਂ ਮੁਸਲਮਾਨ ਨੇ ਨਹੀਂ ਰਹਿਣਾ ਹੈਗਾ। ਅਤੇ ਇਹ ਜਦੋਂ ਹਿੰਦੂ ਸਿੱਖ ਮੁਸਲਮਾਨ ਬਣ ਜਾਂਦੇ ਤੁਸੀਂ ਜਿਸਮ 'ਤੇ ਸ਼ਕਲ ਦੇ ਪਗੜੀ ਹੋਈ ਤਾਂ ਦਾੜੀ ਵੀ ਤੁਹਾਨੂੰ ਸਿੱਖ ਕਹਿ ਦਿੱਤਾ ਕਿ ਸ਼ੰਕਰ ਵਰਨੀਏ ਪੱਕੇ ਹਰਾਮੀ ਬਣ ਗਏ, ਜਦੋਂ ਉਦੋਂ ਫਿਰ ਧਰਤੀ ਨੂੰ ਚੱਕੇ ਜਾਓਗੇ, ਮਾਰੇ ਜਾਓਗੇ, ਇੱਕ ਦੂਜੇ ਨੂੰ ਮਾਰਨਗੇ। 1947 'ਚ ਮਾਰਿਆ ਸੀਗਾ, ਉਦੋਂ ਮੇਰੇ ਫਾਦਰ ਨੂੰ ਇਹ ਪਤਾ ਸੀ ਇਹਨਾਂ ਚੀਜ਼ਾਂ ਦਾ। 2000 ਰਾਈ ਆਏ ਸੀ ਸਾਡੇ ਪਿੰਡ 'ਤੇ ਹਮਲਾ ਕਰਨ ਦੇ, ਉਹਨਾਂ ਨੂੰ ਦੱਸਿਆ ਕਿ ਜੱਟਾਂ ਨੇ ਬਣਨਾ, ਤੁਸੀਂ ਰਾਈਆਂ ਨੇ, ਨਾ ਸਿੱਖ ਜੰਮਿਆ ਨਾ ਮੁਸਲਮਾਨ ਜੰਮਿਆ। ਉਹਦੇ ਜੈਲਦਾਰ ਦੇ ਸਮਝ ਪੱਲੇ ਪੈ ਗਈ ਅਤੇ ਕਹਿੰਦਾ ਸਾਡੇ 'ਚ ਕੋਈ ਦੁਸ਼ਮਣੀ ਨਹੀਂ ਜੱਟਾਂ ਅਤੇ ਅਰਾਈਆਂ 'ਚ। ਜਦੋਂ ਜੱਟਾਂ ਅਤੇ ਅਰਾਈਆਂ ਦਾ ਉਹਨੇ ਕੀਤਾ ਨਾ ਜ਼ਿਕਰ, ਤੁਸੀਂ ਦੋਨੋਂ ਆਦਮ ਦੇ ਪੁੱਤਰ ਬਣ ਗਏ, ਆਦਮ ਦੇ ਪੁੱਤਰ ਆਪਸ ਵਿੱਚ ਨਹੀਂ ਲੜਦੇ, ਉਹਨਾਂ 'ਚ ਪਿਆਰ ਹੈਗਾ। ਅਤੇ 2000 ਨੂੰ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਦੱਸੋ ਜਿਹੜੇ ਬਾਕੀ ਦੇ ਸੀਗੇ ਹੋਰ ਮਰੇ, ਕਿੰਨਿਆਂ ਕੁ ਆਦਮੀਆਂ ਨੂੰ ਪਤਾ ਸੀ ਕਿ ਜਿਹੜਾ ਸਿੱਖ ਹੈਗਾ ਪੰਥ ਹੈਗਾ ਜਾਂ ਇਹ ਮੁਸਲਮਾਨ ਮਿਲਤ ਹੈਗੀ, ਇਹ ਦਿਲ ਦੀ ਹੈਗੀ, ਜਿਸਮ ਦੀ ਨਹੀਂ ਹੈਗੀ, ਯਾਨੀ ਕਿ ਘਰ ਬਾਰ ਜਿਹੜਾ ਉਹ ਜੱਟਾਂ ਦਾ ਹੈਗਾ। ਕਿੰਨਿਆਂ ਨੂੰ ਪਤਾ ਸੀਗਾ? ਬਹੁਤ ਘੱਟ ਤੁਹਾਨੂੰ ਪਤਾ ਹੋਏਗਾ, ਕੋਟਰ ਮਜੇਕ ਹੋਏਗਾ ਜਿਹੜਾ ਹੋਏਗਾ ਇੱਦਾਂ ਦਾ, ਜਿਹੜੇ ਕਿ ਬਚ ਕੇ ਆਏ ਨੇ, ਜਿਹੜਾ ਆਪਣਾ ਪਿਓ ਸਾਂਭਿਆ ਜੀ ਇਹਨਾਂ ਨੇ, ਉਹ ਬਚ ਕੇ ਆਏ ਨੇ। ਹੁਣ ਵੀ ਆਪਣਾ ਪਿਓ ਸਾਂਭੋ, ਨਹੀਂ ਤਾਂ ਜਦੋਂ ਇੰਡੀਆ ਪਾਕਿਸਤਾਨ ਲੜਾਈ ਲੱਗੀ ਅਤੇ ਮਜ਼ਹਬ ਦੇ ਨਾਂ ਉੱਤੇ, ਮੁਸਲਮਾਨ ਅਤੇ ਸਿੱਖ ਅਤੇ ਹਿੰਦੂ ਦੇ ਨਾਂ 'ਤੇ ਇੱਕ ਦੂਜੇ ਨੂੰ ਖੂਬ ਮਾਰੋਗੇ। ਅਤੇ ਇਹ ਜਿਹੜਾ ਗਿਆਨ ਹੈਗਾ ਹਰ ਇੱਕ ਦੇ ਪੱਲੇ ਨਹੀਂ ਪੈਂਦਾ, ਜਿਹਦੀ ਨੀਅਤ ਸਾਫ਼ ਹੋਵੇ ਉਹਦੇ ਪੱਲੇ ਪੈਂਦਾ। ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਹਨਾਂ ਦੀਆਂ ਚੰਗੀਆਂ, ਨੀਤਾਂ ਜੇ ਚੰਗੀਆਂ ਹੋਣਗੀਆਂ ਤਾਂ ਰੱਬ ਮਿਲੇਗਾ ਤੁਹਾਨੂੰ, ਨਹੀਂ ਤਾਂ ਫਿਰ ਤੁਸੀਂ ਧੱਕੇ ਖਾਓਗੇ ਦੁਨੀਆਂ 'ਚ। ਇਹ ਜਿਹੜੀ ਐਟੋਮਿਕ ਵਾਰ ਹੈਗੀ ਇਹ ਹੁਣ ਲੱਗਣ ਵਾਲੀ ਹੈਗੀ, ਜਦੋਂ ਯੂਆ ਨੇ ਨੱਠਣਾ ਸ਼ੁਰੂ ਕੀਤਾ ਨਾ ਇਜ਼ਰਾਈਲ ਵੱਲ ਨੂੰ, ਯਾਨੀ ਕਿ ਜਿਹੜੇ ਯੂਰੋਪੀਅਨ ਕੰਟਰੀਜ਼ ਹੈਗੇ, ਹੋਰ ਕੰਟਰੀਜ਼ ਹੈਗੇ ਨੇ, ਇਹਨਾਂ ਨੇ ਇਹਨਾਂ ਨੂੰ ਮਾਰਨਾ ਸ਼ੁਰੂ ਕਰਨਾ ਹੁਣ, ਜੋ ਇਹ ਕਰ ਰਹੇ ਹਮਾਸ ਦੇ ਨਾਲ ਬੇਰਹਿਮੀ ਨਾਲ ਮਾਰ ਰਹੇ ਉਹਨਾਂ ਨੂੰ, ਉਹਨਾਂ ਨੂੰ ਦੇਖ ਕੇ ਫਿਰ ਇਹਨਾਂ ਨੇ ਮਾਰਨਾ ਸ਼ੁਰੂ ਕਰਨਾ ਹੈਗਾ। ਜਦੋਂ ਮਾਰਨਾ ਸ਼ੁਰੂ ਕੀਤਾ ਇਹ ਨੱਠਣਗੇ ਇਜ਼ਰਾਈਲ ਨੂੰ, ਜਦੋਂ ਇਜ਼ਰਾਈਲ ਨੂੰ ਨੱਠੇ ਨਾ ਇਕੱਠੇ ਹੋ ਗਏ ਚੰਗੀ ਤਰ੍ਹਾਂ, ਫਿਰ ਐਟੋਮਿਕ ਵਾਰ ਲੱਗੇਗੀ। ਅਤੇ ਤੁਸੀਂ ਦੇਖਦੇ ਰਹੋ ਕੀ ਦੁਨੀਆਂ 'ਚ ਹੁੰਦਾ ਹੈਗਾ, ਅਤੇ ਆਪਣਾ ਪਿਓ ਸੰਭਾਲੋ, ਪਿਓ ਨੇ ਤੁਹਾਨੂੰ ਬਚਾਉਣਾ ਹੈਗਾ। ਜਿੱਦਾਂ ਸਾਨੂੰ ਜੱਟ ਪਿਓ ਨੇ 1947 'ਚ ਬਚਾਇਆ ਸੀਗਾ, ਆਏ ਸੀ ਸਾਨੂੰ ਮਾਰਨ, ਸਾਡੇ ਇੱਕ ਨੰਬਰ ਦੇ ਦੁਸ਼ਮਣ ਬਣ ਗਏ, ਸਾਰੀ ਦੋਸਤ ਬਣ ਗਏ ਇੱਕ ਨੰਬਰ,
ਇੱਕ ਨੰਬਰ ਦੇ ਦੁਸ਼ਮਣ, ਇੱਕ ਨੰਬਰ ਦੇ ਦੋਸਤ ਬਣ ਗਿਆ। ਤੇ ਇਸ ਤਰ੍ਹਾਂ ਹੈਗਾ, ਜੇ ਤੁਸੀਂ ਰਹਿਣਾ ਅਮਰ ਚੈਨ ਨਾਲ, ਆਪਣੇ ਪਿਓ ਨਾ ਭੁੱਲੋ, ਪਿਓ ਨੇ ਬਚਾਉਣਾ ਤੁਹਾਨੂੰ। ਪਿਓ ਤੁਹਾਡਾ ਮੁਸਲਮਾਨ ਨਹੀਂ ਹੈਗਾ, ਸਿੱਖ ਨਹੀਂ ਹੈਗਾ, ਹਿੰਦੂ ਨਹੀਂ ਹੈਗਾ, ਜੱਟ ਚੂੜਾ ਚਮਾਰ ਤਰਖਾਣ ਲੁਹਾਰ ਖੱਤਰੀ ਅਰੋੜਾ ਹੈਗਾ। ਆਪਣੀ ਕੌਮ ਨਾ ਭੁੱਲੋ, ਤੇ ਤਦ ਤੁਸੀਂ ਆਰਾਮ ਨਾਲ ਰਹੋਗੇ ਤੇ ਬੱਚਤ ਹੋਊਗੀ, ਨਹੀਂ ਤਾਂ ਤੁਸੀਂ ਚੰਗੀ ਤਰ੍ਹਾਂ ਮਾਰੇ ਜਾਓਗੇ। ਅੱਗੇ ਤੁਹਾਡੀ ਮਰਜ਼ੀ। ਤੇ ਮੇਰੇ ਵੀਡੀਓ ਕਈ ਜਿਹੜੇ ਜਿਹੜੇ ਪਾਉਂਦਾ ਨਾ ਮੈਂ ਆਪਣੇ ਯੂਟਿਊਬ ਤੇ, ਉਹ ਕਹਿ ਦਿੰਦੇ ਇਹ ਇਹ ਨਫ਼ਰਤ ਵਾਲੇ ਹੈਗੇ ਨੇ। ਸੱਚ ਜਿਹੜਾ ਹੈਗਾ ਕੌੜਾ ਹੈਗਾ, ਸੱਤ ਜਿਹੜਾ ਬਹੁਤ ਕੌੜਾ ਹੈਗਾ। ਜਿਹੜਾ ਸੱਤ ਨੂੰ ਅਪਣਾ ਗਿਆ, ਜਿਹਨੂੰ ਸਮਝ ਵਿੱਚ ਪੈ ਗਈ, ਉਹ ਸਮਝ ਲਓ ਉਹ ਪਾਰ ਲੰਘ ਗਿਆ, ਯਾਨੀ ਕਿ ਉਹ ਭਵਜਾ ਨਿਕਲ ਕੇ ਉਹ ਆਪਣੀ ਮੁਕਤੀ ਕਮਾ ਗਿਆ। ਜਿੱਦਾਂ ਦਾ ਪਿਓ ਉਦਾਂ ਦਾ ਪੁੱਤਰ। ਅੱਲਾ ਜਿਹੜਾ ਹੈਗਾ ਨੂਰ ਹੈਗਾ, ਜਿਹੜਾ ਅੱਲਾ ਦਾ ਨੂਰ ਛਿੜਕੇ ਨਾ ਦੇਵੇ, ਉਹਦਾ ਪੁੱਤਰ ਹੈਗਾ। ਤੇ ਇਸ ਕਰਕੇ ਉਹਦਾ ਪੁੱਤਰ ਬਣੋ ਅੱਲਾ ਦੇ, ਤਦੇ ਤੁਹਾਡੀ ਫਿਰ ਮੁਕਤੀ ਹੋਏਗੀ, ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਅੱਲਾ ਦਾ ਪੁੱਤਰ ਬਣਨ ਤੋਂ ਪਹਿਲੇ ਆਪਣੇ ਕੱਚੇ ਪਿਓ ਦਾ ਪੁੱਤਰ ਬਣੋ। ਕੋਈ ਜੱਟ ਹੈਗਾ, ਕੋਈ ਚੂੜਾ, ਕੋਈ ਚਮਾਰ, ਕੋਈ ਲੁਹਾਰ, ਕੋਈ ਖੱਤਰੀ, ਕੋਈ ਅਰੋੜਾ, ਪਹਿਲਾਂ ਇਹਨਾਂ ਪਿਓਆਂ ਦੇ ਬਣੋ, ਫਿਰ ਤੁਸੀਂ ਪੱਕੇ ਪਿਓ ਦੀ ਛੁੱਟੀ ਆਏਗੀ ਤਾਂ ਉਹਦੇ ਕੋਈ ਪੁੱਤਰ ਬਣੋਗੇ। ਤਦੇ ਜੌਨ ਦੀ ਬਾਪ ਜਿਹੜਾ ਸੀਗਾ ਉਹਨੇ ਪਾਣੀ 'ਚ ਡੁਬਕੀ ਦਿੱਤੀ ਸੀਗੀ ਇਬਰਾਹਿਮ ਦੇ ਨਾਂ 'ਤੇ। ਇਹ ਜਿਹੜੇ ਹੈਗੇ ਨੇ ਅੱਜ ਕੱਲ੍ਹ ਚਰਚ ਵਗੈਰਾ ਹੈਗੇ ਨੇ, ਇਹ ਡੁਬਕੀ ਦਿੰਦੇ ਪਾਣੀ 'ਚ। ਉਹਨੇ ਔਰਤ ਨੂੰ ਵੀ ਦਿੱਤੀ, ਕਿਸੇ ਜੈਂਟਾਈਲ ਨੂੰ ਦਿੱਤੀ, ਅਤੇ ਨਾ ਸਮੈਰੀਟਨ ਨੂੰ ਡੁਬਕੀ ਦਿੱਤੀ ਸੀਗੀ। ਇਕੱਲੇ ਜੂਸ਼ ਸੀਗੇ ਕਿ ਉਹ ਜਿਹਨਾਂ ਨੇ ਜੂ ਬਣ ਗਏ ਸੀ ਜਿਸਮ ਦੇ, ਉਹਨਾਂ ਨੂੰ ਦਿੱਤੀ ਸੀ ਡੁਬਕੀ, ਜਿਹੜੇ ਮੰਦਰ ਵਿੱਚ ਉਹਨਾਂ ਨੂੰ ਜੂ ਬਣਾਉਂਦੇ ਸੀ ਜਿਸਮ ਦਾ ਪੱਕੇ ਹਰਾਮੀ। ਅਤੇ ਜਦੋਂ ਉਹ ਬਣ ਗਏ ਇਬਰਾਹਿਮ ਦੇ ਪੁੱਤਰ, ਫਿਰ ਉਹਨਾਂ ਨੇ ਫਿਰ ਜੀਜੇ ਦੀ ਉਪਦੇਸ਼ ਦਾ ਅਪਣਾਓ ਕੀਤਾ। ਇਸ ਕਰਕੇ 70 ਉਹਨੇ ਬਾਹਰਲੇ ਬਣਾਏ ਹੋਏ ਸੀਗੇ ਕਾਮੇ, ਉਹ ਇਬਰਾਹਿਮ ਦੇ ਉਹਦੇ ਜੌਨ ਦੀ ਬਾਪਸ ਦੇ ਨਾਂ 'ਤੇ। ਉਹ ਦੋ ਦੋ ਇਕੱਠੇ ਜਾਂਦੇ ਹੁੰਦੇ ਸੀ, ਜਿਹੜੇ ਪਿੰਡ 'ਚ ਜਾਣਾ ਸੀ ਜੀਜੇ ਨੇ, ਪਹਿਲਾਂ ਜਾ ਕੇ ਉੱਥੇ ਲੋਕਾਂ ਨੂੰ ਬਾਪਟਾਈਜ਼ ਕਰਦੇ ਸੀਗੇ। ਪਹਿਲਾਂ ਬੰਦੇ ਦੇ ਪੁੱਤਰ ਬਣਾਉਂਦਾ ਸੀਗਾ, ਤੇ ਉਹਨਾਂ ਨੂੰ ਫਿਰ ਪ੍ਰਚਾਰ ਜੀਜੇ ਕਰਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਹੈਗਾ ਵੀ ਜਿਹੜਾ ਪ੍ਰਚਾਰ ਇਹ ਹੈਗਾ, ਇਹ ਬੰਦੇ ਦੇ ਪੁੱਤਰਾਂ ਲਈ ਹੈਗਾ, ਜਿਹੜੇ ਆਪਣੇ ਆਪ ਨੂੰ ਹਿੰਦੂ, ਸਿੱਖ, ਮੁਸਲਮਾਨ ਜਾਂ ਜੀਵ ਜਾਂ ਕੁਛ ਵੀ ਕਹਿੰਦੇ ਨੇ, ਜਿਸਮ ਦੇ ਫਨੈਟਿਕ ਜਿਹਨਾਂ ਨੂੰ ਕਹਿੰਦੇ ਡਬਲ ਡੈਵਲ ਡੈਵਲਸ ਜੀ ਜੀ ਕੋ ਉਹਨਾਂ ਕਿਹਾ ਡੈਵਲ ਫਨੈਟਿਕ, ਇਹ ਉਹਨਾਂ ਲਈ ਨਹੀਂ ਹੈਗਾ। ਇਹ ਅੱਗੇ ਤੁਹਾਡੀ ਮਰਜ਼ੀ। ਬਾਕੀ ਜਿਹੜਾ ਜਿਹੜੇ ਬਜ਼ੁਰਗ ਹੈਗੇ ਆਪਣੇ, ਉਹ ਸਭ ਕੁਝ ਜਾਣਦੇ ਨੇ ਕਿ ਜਿਹੜੇ ਕੌਮਾਂ ਦੇ ਲੋਕ ਪੈਦਾ ਹੋਏ, ਕੌਮਾਂ ਦੇ ਲੋਕ ਮਰਦੇ ਨੇ। ਨਾ ਹਿੰਦੂ ਪੈਦਾ ਹੋਇਆ, ਨਾ ਸਿੱਖ ਪੈਦਾ ਹੋਇਆ, ਨਾ ਮੁਸਲਮਾਨ ਪੈਦਾ ਹੋਇਆ। ਇਹ ਮਜ਼ਹਬੀ ਰੂਪ ਹੈਗਾ ਜੀਉ, ਮਜ਼ਹਬੀ ਰੂਪ ਹੈਗਾ ਜੀਉ, ਸਪਿਰਚੁਅਲ ਹੈਗਾ। ਆਹ ਨਹੀਂ ਹੈਗਾ ਇਹ ਮੇਰਾ ਜੱਟ ਹੈਗਾ, ਆਹ ਮੇਰਾ ਸਿੱਖ ਹੈਗਾ ਅੰਦਰ। ਜਿਹਦਾ ਨਵਜੋਤ ਸਿੰਘ, ਨਵਜੋਤ ਸਿੱਧੂ, ਇਹ ਕਰ ਗਿਆ ਆਪਣੇ ਸਿੱਖ ਕੌਮ ਦਾ ਪ੍ਰਚਾਰ ਕਰਕੇ, ਆਹ ਸਿੱਖ ਬਣਾ ਗਿਆ ਕੌਮ ਆਪਣੀ। ਤੇ ਦਿਲ ਦਾ ਕੀ ਕਾਫਰ, ਦਿਲ ਦਾ ਕਾਫਰ, ਜੇ ਉਹਨੂੰ ਕੋਈ ਸਿੱਖਿਆ ਹੋਵੇ ਤਾਂ ਫਿਰ ਇੰਨਾ ਦੀ ਗੱਲ ਨਾ ਕਰਦਾ, ਜਿਹੜਾ ਨਹੀਂ ਸਿੱਖਿਆ ਹੁੰਦਾ ਉਹਨੂੰ ਕਾਫਰ ਕਹੀਦਾ ਹੈਗਾ। ਕੂੜ ਬੋਲ ਗਿਆ, ਕੂੜ ਕਾਫਰ ਬੋਲਦੇ ਨੇ। ਤੇ ਚਲੋ ਬਥੇਰਾ ਬੋਲ ਲਿਆ ਹੈਗਾ।